ਡਰਾ ਮੁੰਡਾ ਰੇਟਰ ਆਈਪੀ ਹਾਂ 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 60 ਹੀ ਵੱਜ ਗਈ ਸੀ ਹਾਂ ਹਾਂ ਕਿੰਨੇ ਕਿਤੇ ਕਿਧਰ ਜਾਣਾ ਪੈਣਾ ਇੱਥੋਂ ਸਿੱਧਾ ਜਾ ਯਾਰ ਸਿੱਧਾ ਜਾਣਾ ਨਾ ਇੱਕ ਤਾਂ ਐ ਮੁੜ ਜੂ ਮੇਨ ਰੋਡ ਹੀ ਕੋਟ ਭਾਈ ਉਹ ਮੁਕਸਰ ਨੂੰ ਅੱਛਾ ਉਸ ਦੀ ਵਾ ਗੋਨੀ ਕੀ ਪੱਤੀ ਆ ਜੀ ਉੱਥੇ ਸੜਕ ਸ਼ੁਰੂ ਹੋਊਗੀ ਪੱਥਰ ਵਾਲੀ ਆ ਸੜਕ ਦੇ ਨਾ ਪੱਥਰ ਵਾਲੀ ਸੜਕ ਸਿਮੈਂਟਡ ਬਣਾਈ ਹੈ ਉੱਥੇ ਉਹਨਾਂ ਦਾ ਪੁੱਛ ਲਈ ਹੈਪੀ ਦਾ ਕਰਕੇ ਮਿਹਰਬਾਨੀ ਸੋ ਆਪਾਂ ਹੁਣ ਪੁੱਛਿਆ ਹੈਪੀ ਦਾ ਘਰ ਦੇਖਦੇ ਆ ਕੀ ਬਣਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਜੀ ਅੱਜ ਮੈਂ ਆਇਆ ਹੈਪੀ ਕੋਟ ਭਾਈ ਦੇ ਕੋਲ ਇਹ ਉਹਦੇ ਬਾਈ ਦੇ ਮਾਣ ਸਨਮਾਨ ਸਾਡੇ ਮੁਕਤਸਰ ਏਰੀਏ ਦੀ ਸ਼ਾਨ ਜਿਹੜੇ ਨਵੇਂ ਮੁੰਡੇ ਹਾਲੇ ਬੜਾ ਕੁਛ ਕਰਨਾ ਹੁੰਦਾ ਹੈ ਪਰ ਸ਼ੁਰੂਆਤਾਂ ਚੰਗੀਆਂ ਨੇ ਅਤੇ ਆਪਾਂ ਉਹਨਾਂ ਨੂੰ ਮਿਲਾ ਰਹੇ ਉਹਨਾਂ ਦੇ ਮਾਤਾ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਹਾਲ ਜੀ ਹੋਰ ਮੈਨੂੰ ਹੈ ਹਾਂਜੀ ਅਤੇ ਹੁਣ ਹੈਪੀ ਕੀ ਬਣ ਰਿਹਾ ਅੱਜ ਕੱਲ੍ਹ ਘਰ ਹੀ ਅੱਛਾ ਅਤੇ ਹੁਣ ਕਿਹੜੇ ਗੋਡੇ 60 ਸੀ ਅਤੇ ਜਿਹੜੀ ਹੁਣ ਆਪਾਂ ਮੈਂ ਤੁਹਾਨੂੰ ਕਲਿੱਪ ਵਿਖਾ ਰਿਹਾ ਇਹਦੇ ਵਿੱਚ ਅਤੇ ਤੁਸੀਂ ਦੇਖੋਗੇ ਇਹ ਜਿਹੜੀ ਕਲਿੱਪ ਹੈ ਇਹ ਜੇਠੂ ਕੇ ਕਬੱਡੀ ਕੱਪ ਦੇ ਕੁਆਟਰ ਫਾਈਨਲ ਦੀ ਕਲਿੱਪ ਹੈ ਮਾਵਾਂ ਦੇ ਪੁੱਤਾਂ ਦੇ ਉੱਪਰ ਪਰਮਾਤਮਾ ਕਿਰਪਾ ਰੱਖੀ ਤੱਤੀ ਵਾਹ ਨਾ ਲੱਗੇ ਕਿਸੇ ਨੂੰ ਉਹਦੇ ਵਿੱਚ ਕੀ ਹੋਇਆ ਕਿ ਫਰਿਆਦ ਸਾਡਾ ਬੜਾ ਅੱਛਾ ਜਾਫੀ ਹੈ ਬਿੱਟੂ ਦੁਗਾਲ ਦਾ ਵਾਰਸ ਵੀ ਲੋਕ ਕਹਿੰਦੇ ਨੇ ਬੜੀ ਖੁਸ਼ੀ ਹੁੰਦੀ ਹੈ ਅਤੇ ਇਹਦੇ ਵਰਗਾ ਸੁਣ ਕੇ ਉਹਨਾਂ ਲੋਕਾਂ ਤੋਂ ਸੁਣ ਕੇ ਸੋ ਉਹਦੇ ਤੋਂ ਜਦੋਂ ਇੱਕ ਜੱਫਾ ਲਾ ਰਹੇ ਸੀ ਤਾਂ ਉਹਨਾਂ ਤੋਂ ਨਾ ਇੱਕ ਜਦੋਂ ਕੈਂਚੀ ਲਾ ਰਹੇ ਸੀ ਉਹਨਾਂ ਦਾ ਇੱਕ ਦਾਤ ਉਹਦੇ ਵਿੱਚ ਆ ਕੇ ਲਪੇਟ ਦੇ ਵਿੱਚ ਆ ਕੇ ਇਹਨਾਂ ਦੇ ਗੋਡੇ ਦਾ ਲਿਗਾਮੈਂਟ ਖਿੱਚਿਆ ਗਿਆ ਹਾਂਜੀ ਲਿਗਾਮੈਂਟ ਫਟ ਗਈ ਲਿਗਾਮੈਂਟ ਫਟ ਕੇ ਤਰੇੜ ਆ ਗਈ ਤੇ ਮੈਨੂੰ ਫਿਰ ਤੁਸੀਂ ਕਰਾਇਆ ਐਮ ਆਰ ਆਈ ਕੋਈ ਇਦਾਂ ਹਾਂਜੀ ਭਾਈ ਐਮ ਆਰ ਆਈ ਕਰਾਈ ਸੀ ਉਹਦੇ ਚ ਜਿਹੜੇ ਆਪਣੇ ਝਿੱਲੀ ਦੇ ਟਿਸ਼ੂ ਹੁੰਦੇ ਆ ਬਰੀਕ ਉਹ ਟੁੱਟੇ ਆ ਪੰਜ ਤੇ ਤਰੇੜ ਆ ਗਈ ਆ ਲਿਗਾਮੈਂਟ ਤੇ ਪਰ ਡਾਕਟਰ ਕੀ ਕਹਿ ਰਿਹਾ ਹੁਣ ਡਾਕਟਰ ਨੇ ਕਿਹਾ ਹੁਣ ਉਹਨੇ ਦਿਖਾ ਕੇ ਆਏ ਸੀ ਐਮ ਆਰ ਆਈ ਉਹ ਕਹਿੰਦਾ ਮਹੀਨੇ ਡੇਢ ਮਹੀਨੇ ਪ੍ਰੋਸੈਸ ਹੈ ਸਹੀ ਹੋ ਜੂ 25,000 ਰੁਪਏ ਖਰਚ ਆਊਗਾ 25,000 ਰੁਪਇਆ ਤੇ ਬਾਕੀ ਤੁਹਾਨੂੰ ਹੁਣ ਇੱਕ ਵਾਰ ਤਾਂ ਜਾ ਆਏ ਅਸੀਂ ਡਾਕਟਰ ਕੋਲ ਕਿਤੇ ਪਟਿਆਲੇ ਹਾਂਜੀ ਪਟਿਆਲੇ ਅੱਛਾ ਤੇ ਹੁਣ ਉਹਨੇ ਹਫ਼ਤੇ ਬਾਅਦ ਬੁਲਾਇਆ ਦੁਬਾਰੇ ਵਕੀਲਦਾਰੀ ਚੱਲ ਪਈ ਸੀ ਮੁੰਡਾ ਕਮਾਊ ਹੋ ਗਿਆ ਸੀ ਉਹ ਗੱਲ ਇਹ ਹੁੰਦੀ ਹੈ ਕਿ ਨਾ ਮਤਲਬ ਵੀ ਜਿਹੜੀਆਂ ਸਾਡੀਆਂ ਸਰਕਾਰਾਂ ਦੀ ਵੀ ਇੱਕ ਇਹ ਖੋਟ ਆ ਕਿ ਅਸੀਂ ਆਰਥਿਕ ਤੌਰ 'ਤੇ ਸਾਡੇ ਰਾਖਵੇਂ ਕੋਟੇ ਹੋਣੇ ਚਾਹੀਦੇ ਆ ਹੈ ਨਾ ਅਤੇ ਦੋ ਭਾਈ ਹੋ ਤੁਸੀਂ ਬਾਈ ਅਤੇ ਸੋ ਬੜਾ ਮਤਲਬ ਵੀ ਜਿਹੜੇ ਕਿਸਾਨੀ ਬੇਸਿਕਲੀ ਪਹਿਲੇ ਡੁੱਬੀ ਹੋਈ ਆ ਕਿਸਾਨੀ ਧਰਨੇ ਵੀ ਲੱਗੀ ਜਾ ਰਹੇ ਅੱਜ ਕੱਲ੍ਹ ਅਤੇ ਸੋ ਮੈਂ ਇਹੀ ਕਹਿ ਰਿਹਾ ਸੀਗਾ ਵੀ ਸਾਰੇ ਦੋਸਤਾਂ ਨੂੰ ਕਿ ਭਰਾ ਦਾ ਗੁਜ਼ਾਰਾ ਹੋਣ ਲੱਗ ਪਿਆ ਸੀ ਵਧੀਆ ਮੁੰਡਾ ਇਹ ਆ ਵੇਖੋ ਟਰਾਫੀਆਂ ਇਹਦੀਆਂ ਅਤੇ ਇਸ ਉਮਰ ਦੇ ਵਿੱਚ ਇੰਨੀ ਛੋਟੀ ਉਮਰ ਦੇ ਵਿੱਚ ਵੱਡੇ ਸਨਮਾਨ ਅਤੇ ਤੁਸੀਂ ਬੈਸਟ ਰੇਟਰ ਵੀ ਰਿਹਾ ਬਾਈ ਹਾਂਜੀ ਹਾਂਜੀ ਕਿੱਥੇ ਓਪਨ ਚ ਮੋਟਰਸਾਈਕਲ ਉੱਤੇ ਹੀ ਹੈ ਪੀ ਅਤੇ ਵਜਨੀ 'ਚ ਮਤਲਬ ਕਿ ਸਾਈਕਲ ਉੱਤੇ ਵਾਸ਼ਿੰਗ ਮਸ਼ੀਨਾਂ ਐਲ ਈ ਡੀਆਂ ਅੱਛਾ ਕੜੇ ਕੱਪ ਹੋ ਗਈ ਅਤੇ ਨਗਦ ਰਾਸ਼ੀ ਅੱਛਾ ਅਤੇ ਹੁਣ ਤੁਹਾਨੂੰ ਮਤਲਬ ਜਿਹੜਾ ਇਹ ਖਰਚਾ ਹੈਗਾ 30,000-35,000 ਰੁਪਇਆ 40,000 ਤੱਕ ਹੈ ਨਾ ਅਤੇ ਥੋੜ੍ਹਾ ਦੂਜਾ ਵੀ ਲੱਗੂਗਾ ਨਾ ਆਉਣ ਜਾਣ ਦਾ ਵੀ ਲੱਗੂਗਾ ਹੈ ਨਾ ਤੇ ਹੁਣ ਤੁਹਾਡੇ ਕੁਛ ਨੇ ਮਦਦ ਕੀਤੀ ਹਾਂਜੀ ਹੁਣ ਮੇਰੇ ਕੋਲ ਹੈਗਾ 10-15,000 ਰੁਪਏ ਦਾ ਮੈਂ ਜੋੜੀ ਬੈਠਾ ਜੀ ਕੁਛ ਕੁ ਹੈ ਨਾ 2000 ਰੁਪਏ ਲਈ ਉਹਨਾਂ ਨੇ ਮੇਰੀ ਹੈਲਪ ਕੀਤੀ ਹੈ ਤੇ 25,000 ਰੁਪਏ ਘੜਦਾ ਜੀ ਅੱਛਾ ਜੀ ਹਾਂਜੀ ਇਹਨੇ ਨਾਲ ਮੇਰਾ ਵੀ ਟ੍ਰੀਟਮੈਂਟ ਸਹੀ ਹੋ ਜੂਗਾ ਡੇ ਅੱਛਾ ਤੁਹਾਡੇ ਹਾਂ ਟੂਰਨਾਮੈਂਟ ਦੇ ਕੁਆਟਰ ਫਾਈਨਲ ਸਾਡੇ 8 ਵਜ ਗਏ ਸੀ ਤੇ ਉੱਥੇ ਕੋਈ ਹੋਈ ਮਦਦ ਹਾਂਜੀ ਉੱਥੇ ਮਦਦ ਕੀਤੀ ਸੀ ਸ਼੍ਰੀ ਪਿੱਥੋ ਬਾਈ ਵਰਗਿਆਂ ਨੇ ਨਾ ਉਹਨਾਂ ਨੇ ਹੈਲਪ ਕੀਤੀ ਸੀ ਤੇ ਉਹਨਾਂ ਨੇ ਵੀ ਇਹਨਾਂ ਨੇ ਇਕੱਠੇ ਕਰਕੇ ਗੇੜਾ ਵੀ ਕਢਵਾਇਆ ਸੀਗਾ ਵੀ 10,000 ਸਾਰਿਆਂ ਚ ਤੇ ਉੱਥੇ ਮੈਨੂੰ 10,000 ਰੁਪਇਆ ਹੋ ਗਿਆ ਸੀਗਾ
ਤੇ ਕੁਛ ਕੀ ਮੈਂ ਮਾਰੀ ਤੇ ਲੱਗ ਗਈ ਕੁਛ ਕਾ ਨਾ ਦਵਾਈ ਦਵੂਈ ਤੇ ਲੱਗ ਗਈ ਖਰਚੇ ਮਾਤਾ ਮਤਲਬ ਦਵਾਈਆਂ ਦੇ ਬੜੇ ਨੇ ਹਾਂ ਐਮਰ ਜੀ ਪਤਵਾਏ ਇੱਕ ਦਵਾਈਆਂ ਦੇ ਉਹ ਡਾਕਟਰ ਨੇ ਤਾਂ ਜਿੰਨੇ ਮੰਗਣੇ ਵੀ ਉਹਨੇ ਲੈ ਹੀ ਲੈਣੀ ਹੈ ਮਤਲਬ ਤੁਸੀਂ ਟੈਨਸ਼ਨ ਨਾ ਲਓ ਸਾਡੇ ਜਿਹੜੇ ਸਾਰੇ ਭਰਾ ਨੇ ਨਾ ਜੀ ਕਬੱਡੀ ਵਾਲੇ ਤੇ ਮਤਲਬ ਵੀ ਉਹ ਸਾਰੇ ਅੱਛੇ ਨੇ ਤੇ ਉਹ ਵੀ ਇਹਨਾਂ ਦਿੱਕਤਾਂ ਦੇ ਵਿੱਚੋਂ ਨਿਕਲੇ ਆ ਹਾਂ ਤੇ ਉਹ ਨਾ ਤੁਸੀਂ ਚਿੰਤਾ ਕਰੋ ਸਾਡੇ ਮੈਂ ਸਾਰੇ NIR ਵੀਰਾਂ ਨੂੰ ਕਹਿੰਦਾ ਕਿ ਤੁਹਾਡਾ ਮਤਲਬ ਵੀ 200-500 ਰੁਪਈਆ ਇੱਕ ਬੰਦੇ ਨੂੰ ਫਿਰ ਜ਼ਿੰਦਗੀ ਦੇ ਕਿਰਾਏ ਕਿਉਂਕਿ ਇਹਦੇ ਜਿਹੜੀ ਰੋਟੀ ਪਾਣੀ ਸੀਗਾ ਜਿਹੜਾ ਚੱਲਦਾ ਸੀ ਕਿਉਂਕਿ ਹਰ ਬੰਦੇ ਦੇ ਰੁਜ਼ਗਾਰ ਹੁੰਦੇ ਨੇ ਅਤੇ ਉਹਦਾ ਰੁਜ਼ਗਾਰ ਇਹ ਕਬੱਡੀ ਸੀ ਅਤੇ ਕਬੱਡੀ ਜਦੋਂ ਪਲੇਅਰ 'ਤੇ ਸੱਟ ਵੱਜ ਜਾਂਦੀ ਹੈ ਅਤੇ ਫਿਰ ਉਸ ਤੋਂ ਬਾਅਦ ਘਰ ਦੇ ਗੁਜ਼ਾਰੇ ਔਖੇ ਹੁੰਦੇ ਆ ਅਤੇ ਮੈਂ ਸਾਰਿਆਂ ਅੱਗੇ ਇਹੀ ਬੇਨਤੀ ਕਰਦਾ ਖਾਸ ਕਰਕੇ ਫਰਿਆਦ ਬਾਈ ਅੱਗੇ ਫਰਿਆਦ ਨਾ ਬਹੁਤ ਅੱਛਾ ਬੰਦਾ ਜੀ ਹਾਂ ਅੱਜ ਕੱਲ੍ਹ ਬਹੁਤ ਵਧੀਆ ਖੇਡਦਾ ਮੁੰਡਾ ਉਹਨੇ ਵੀ ਬਹੁਤ ਸਟਰਗਲ ਕੀਤੀ ਆ ਵਿਚਾਰੇ ਨੇ ਹਾਂ ਉਹ ਮੱਖਣ ਵਾਲੀ ਇੱਕ ਸਾਡਾ ਕਮੈਂਟੇਟਰ ਤਾਂ ਭਾਣਜਾ ਜੀ ਉਹ ਸਾਜੀ ਹਰੀ ਬੜੇ ਨਾਲ ਉਹਨੇ ਪਹਿਲਾਂ ਵੀ ਸਾਜੀ ਨੇ ਮਦਦ ਕੀਤੀ ਆਪਣੇ ਉਹਦੇ ਦੀ ਘਰਾਚੋ ਵਾਲੇ ਮੁੰਡਾ ਲੁੱਧਰ ਉਹਨੇ ਮੈਨੂੰ ਪੈਸੇ ਪਾ ਕੇ ਭੇਜਿਆ ਸੀ ਅਤੇ ਉਹਨਾਂ ਨੂੰ ਵੀ ਮੈਂ ਫਰਿਆਦ ਕਰਦਾ ਫਰਿਆਦ ਅੱਗੇ ਇਹੀ ਮੇਰੀ ਫਰਿਆਦ ਹੈ ਕਿ ਉਹ ਚਲੋ ਵਧੀਆ ਅੱਜ ਉਹਨਾਂ ਦਾ ਗੁਜ਼ਾਰਾ ਚੱਲ ਰਿਹਾ ਵਧੀਆ ਰੱਬ ਨੇ ਉਹਨਾਂ ਦੀ ਸੁਣੀ ਹੈ ਅਤੇ ਉਹ ਵੀ ਬਾਈ ਦੀ ਕੋਈ ਤਰ੍ਹਾਂ ਕਿਤੇ ਹੈਲਪ ਕਰਨ ਕਿਉਂਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਮਤਲਬ ਵੀ ਉਹਨਾਂ ਤੋਂ ਇਹ ਜਾਣ ਕੇ ਵੱਜੀ ਕਿਉਂਕਿ ਰੱਬ ਨੇ ਧੁੱਪਾਂ 'ਤੇ ਛਾਵਾਂ ਕਰਨੀਆਂ ਹੁੰਦੀਆਂ ਹੈ ਨਾ ਅਤੇ ਉਹਦਾ ਸੂਲ ਜਿਹੜੀ ਹੁੰਦੀ ਆ ਉਹਦਾ ਵੱਡੀ ਸੱਟ ਛੋਟੀ ਸੱਟ 'ਚ ਵਾਪਰ ਗਈ ਹੋਵੇ ਹੈ ਨਾ ਜਿਵੇਂ ਸੂਲੀ ਦੀ ਸੂਲ ਬਣ ਜਾਂਦੀ ਹੈ ਹੈ ਨਾ ਅਤੇ ਮੈਂ ਫਰਿਆਦ ਨੂੰ ਵੀ ਇਹ ਕਹੂੰਗਾ ਕਿ ਬਾਈ ਬਾਈ ਦਾ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਤੁਸੀਂ ਉਹਦਾ ਬਾਈ ਦਾ ਹੈਲਪ ਕਰੋ 25,000 ਰੁਪਇਆ ਭਾਅ ਜੀ ਕਹਿੰਦੇ ਆ ਵੀ ਮਤਲਬ ਵੀ 25,000 ਕਹਿ ਰਿਹਾ ਅਤੇ 4,000 ਰੁਪਇਆ 5,000 ਆਪਣਾ ਆਉਣ ਜਾਣ ਦਾ ਵੀ ਖਰਚਾ ਰੱਖ ਸਕਦੇ ਹਾਂ ਆਪਾਂ ਜਾਂ ਕੋਈ ਟੈਸਟ ਹੋਰ ਵੀ ਕਰਨਾ ਪੈ ਸਕਦਾ ਬਾਈ ਹੈ ਨਾ ਹਾਂ ਅਤੇ ਮੈਂ ਇਹੀ ਕਹੂੰਗਾ ਕਿ ਵੀ ਫਰਿਆਦ ਹਰੀ ਜਾਂ ਜਿਹੜੇ ਵੀ ਸਾਡੇ ਮੁੰਡੇ ਅੱਜ ਕੱਲ੍ਹ ਉੱਭਰ ਰਹੇ ਕਿਉਂਕਿ ਸਾਡੇ ਪਰਿਵਾਰ ਦਾ ਮੈਂਬਰ ਹੈ ਜੀ ਇਹ ਹੈ ਨਾ ਇਕੱਲਾ ਹੁਣ ਤੁਹਾਡਾ ਨਹੀਂ ਕਬੱਡੀ ਦਾ ਪੁੱਤ ਹੈ ਅਤੇ ਜੇ ਅਸੀਂ ਅੱਜ ਇਹਦੇ ਨਾਲ ਖੜਾਂਗੇ ਕੱਲ੍ਹ ਰੱਬ ਸਾਡੇ ਨਾਲ ਖੜੂਗਾ ਅਤੇ ਮੈਂ ਇਹੀ ਚਾਹੁੰਦਾ ਕਿ ਸਾਰੇ ਬੰਦੇ ਜਿੰਨੇ ਵੀ ਭਰਾ ਨੇ ਉਹ ਵੀਰੇ ਦੀ ਮਦਦ ਕਰਨ ਅਤੇ ਮੈਂ ਬਾਈ ਦਾ ਜੀ ਨੰਬਰ ਭਾਅ ਜੀ ਕੋਈ ਮੈਨੂੰ ਬੋਲੋ ਤੁਹਾਡਾ ਕਿਹੜਾ ਨੰਬਰ ਚੱਲਦਾ 8,689-5745 ਇਹ ਹੈਪੀ ਦਾ ਨੰਬਰ ਹੈ ਜੀ ਤੁਹਾਡਾ ਨੰਬਰ ਹੈ ਜੀ ਇਹ ਇਸ ਨੰਬਰ 'ਤੇ ਤੁਹਾਨੂੰ ਪੇਟੀਐੱਮ ਅਤੇ ਗੂਗਲ ਪੇ ਤੁਸੀਂ ਕਰ ਸਕਦੇ ਹੋ ਮੈਂ ਵੀਡੀਓ ਦੇ ਥੱਲੇ ਜਿਹੜੀ ਡਿਸਕ੍ਰਿਪਸ਼ਨ ਹੁੰਦੀ ਹੈ ਨਾ ਜਾਂ ਤੁਸੀਂ ਵੀਡੀਓ ਹੁਣ ਵੇਖ ਰਹੇ ਹੋ ਇਹਦੇ ਉੱਤੇ ਵੀ ਨੰਬਰ ਆ ਰਿਹਾ ਇਸ ਨੰਬਰ ਦੇ ਉੱਤੇ ਤੁਸੀਂ ਪਾਉਣਾ ਜਿਹੜਾ ਵੀ ਪਾਉਣਾ ਅਤੇ ਉਹਦਾ ਜਿਹੜਾ ਲੇਖਾ ਜੋਖਾ ਹੈ ਉਹਦਾ ਨਾਲ ਮੇਰਾ ਕੋਈ ਤਲਕਾਤ ਨਹੀਂ ਜੀ ਉਹ ਹੈਪੀ ਦੇ ਸਿੱਧੇ ਖਾਤੇ 'ਚ ਆਉਣਗੇ ਵੀ ਕੱਲ੍ਹ ਤੁਸੀਂ ਮੇਰੇ ਲੇਖਾ ਜੋਖਾ ਮੰਗੋ ਭਾਅ ਜੀ ਇੰਨੇ ਪੈਸੇ ਪਾਏ ਅਤੇ ਸੋ ਇਹ ਮੇਰਾ ਕਹਿਣ ਦਾ ਫਰਜ਼ ਹੈ ਭਾਅ ਜੀ ਹੈ ਨਾ ਕਿਉਂਕਿ ਚੱਲ ਅੱਜ ਕੱਲ੍ਹ ਇਹ ਚੱਲ ਰਿਹਾ ਟਰੈਂਡ ਹੈ ਨਾ ਅਤੇ ਜੋ ਨੰਬਰ ਦੇ ਰਿਹਾ ਉਹ ਕਨਫਰਮ ਕਰੋ ਜੀ ਹੈਪੀ ਦਾ ਨੰਬਰ ਹੀ ਹੈ ਅਤੇ ਇਸ ਕਰਕੇ ਮੈਂ ਤੁਹਾਡੀ ਬੇਨਤੀ ਕਰਦਾ ਸਾਰਿਆਂ ਅੱਗੇ ਅਤੇ ਸ਼ੁਰੂ ਦੇ ਵਿੱਚ ਮਾਤਾ ਫਿਰ ਤੁਸੀਂ ਇਹਦੀ ਕੀ ਹੈਲਪ ਕੀਤੀ ਪਹਿਲਾਂ ਕੀ ਦਿੱਕਤ ਆਈ ਇਹਨੂੰ ਸ਼ੁਰੂ ਦੇ ਵਿੱਚ ਜਦੋਂ ਕਬੱਡੀ ਖੇਡਦਾ ਸੀ ਕੋਈ ਵੀ ਬੰਦਾ ਖੇਡਦਾ ਉਦੋਂ ਕੀ ਮੁਸ਼ਕਲਾਂ ਆਉਂਦੀਆਂ ਨੇ ਮੁਸ਼ਕਲਾਂ ਪਤਾ ਹੈ ਜੀ ਇਹਦੇ ਡੈਡੀ ਦੇ ਸੱਟ ਵੱਜ ਗਈ ਸੀਗੀ ਅੱਛਾ ਜੀ ਵੀ ਜ਼ਮੀਨ ਜਾਇਦਾਦ ਥੋੜੀ ਸੀਗੀ ਸਾਡੇ ਕੋਲੇ ਅੱਛਾ ਜੀ ਇਹਨੇ ਆਪਦੀ ਮਿਹਨਤ ਕਰਕੇ ਆਪ ਹੀ ਇੱਥੋਂ ਦੀ ਉੱਪੜਿਆ ਹੈਗਾ ਇਹ ਅੱਛਾ ਜੀ ਵੀ ਜਿੰਨੀ ਕੁ ਹੈਲਪ ਘਰੋਂ ਵੀ ਹੁੰਦੀ ਰਹੀ ਹੈ ਤੇ ਆਹ ਮੋਨੂ ਮੁੰਡਾ ਹੈਗਾ ਇਹਨੇ ਵਾਧੂ ਹੈਲਪ ਕੀਤੀ ਇਹਦੀ ਇਹਨੇ ਇੱਥੋਂ ਦੀ ਲਿਆਂਦਾ ਇਹਨੂੰ ਤੋ ਸੋ ਮਾਤਾ ਤੁਸੀਂ ਚਿੰਤਾ ਨਾ ਕਰੋ ਪਰਮਾਤਮਾ ਭਾਗ ਲਾਊਗਾ ਸਾਡੇ ਜਿਹੜੇ ਕਬੱਡੀ ਵਾਲੇ ਜਿੰਨੇ ਵੀ ਭਰਾ ਨੇ ਵੀ ਮੈਂ ਚਾਹੁੰਦਾ ਕਿ ਜੇ ਤੁਸੀਂ ਅੱਜ ਮਤਲਬ ਵੀ ਕੋਈ ਕਿਸ ਤੁਸੀਂ ਇਨਾਮ ਜਿੱਤਦੇ ਹੋ ਪ੍ਰਾਈਜ਼ ਜਿੱਤਦੇ ਹੋ ਉਹਦੇ ਵਿੱਚੋਂ ਵੀ ਜੇ ਤੋਂ ਕੋਈ ਵੀ ਬੰਦਾ ਸੁਣ ਰਿਹਾ ਹੋਵੇ ਉਹ ਮਤਲਬ ਵੀ ਅੱਜ ਇਹ ਮੰਨ ਕੇ ਚੱਲੋ ਕਿ ਤੁਸੀਂ ਜੇ 30,000 ਜਿੱਤਦੇ ਹੋ ਤਾਂ ਮੰਨੋ ਕਿ 29,000 ਜਿੱਤ ਲਿਆ ਸਾਰੀਆਂ ਟੀਮਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ 1,000 ਰੁਪਈਆ ਆਲ ਓਵਰ ਤੁਹਾਨੂੰ 100-100 ਰੁਪਈਆ ਹੀ ਬਣੂੰਗਾ ਬਾਈ ਨੂੰ ਦਿਓ ਬਾਈ ਦੀ ਹੈਲਪ ਕਰੋ ਅਤੇ ਅਸੀਂ ਇਹਦੇ ਮਾੜੇ ਟਾਈਮ 'ਚ ਖੜ੍ਹ ਗਏ ਅਤੇ ਸਾਡੇ ਨਾਲ ਮਾੜੇ ਟਾਈਮ ਸਾਡਾ ਰੱਬ ਖੜੂਗਾ ਅਰਦਾਸਾਂ ਉਹਨਾਂ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਜੀ ਜਿਹੜੇ ਬੰਦੇ ਲੋਕਾਂ ਦੀ ਮਦਦ ਕਰਦੇ ਆ ਅਤੇ ਰੱਬ ਉਹਨਾਂ ਨੂੰ ਹੀ ਦਿੰਦਾ ਅਤੇ ਨਹੀਂ ਤਾਂ ਭਾਅ ਜੀ ਫਿਰ ਆਪਣੇ ਵਾਸਤੇ ਜਿਉਂ ਕੇ ਬੰਦੇ ਤੁਰੇ ਜਾਂਦੇ ਆ ਜ਼ਿੰਦਗੀ ਉਹੀ ਲੇਖੇ ਲੱਗਦੀ ਹੈ ਜਿਹੜੀ ਅਸੀਂ ਦੂਜੇ ਵਾਸਤੇ ਜਾਂਦੇ ਹਾਂ ਅਤੇ ਸੋ ਮੈਂ ਚਾਹੁੰਦਾ ਕਿ ਅਸੀਂ 1-1 ਅੱਧਾ ਦਿਨ ਬਾਈ ਵਾਸਤੇ ਜੋਈਏ ਸਾਡੇ 5-5 ਮਿੰਟ 'ਚ ਅਸੀਂ ਜਿਉਵਾਂਗੇ ਅਤੇ ਸਾਡੀ ਇਹਦੀ ਜ਼ਿੰਦਗੀ ਸਫਲ ਹੋ ਜੂਗੀ ਸੋ ਧੰਨਵਾਦ ਜੀ ਬਈ ਨਾ ਹਰ ਬੰਦਾ ਕਿਸੇ ਨਾ ਕਿਸੇ ਤੋਂ ਪ੍ਰਭਾਵਿਤ ਹੁੰਦਾ ਜਿਸ ਤੋਂ ਪ੍ਰਭਾਵਿਤ ਹੁੰਦਾ ਹੈ ਉਹ ਵੀ ਉਹਦਾ ਇੱਕ ਤਰ੍ਹਾਂ ਦਾ ਰੱਬ ਬਣ ਜਾਂਦਾ ਠੀਕ ਹੈ ਪ੍ਰਭਾਵਿਤ ਹੋਣਾ ਕੋਈ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਸਾਰੇ ਬੰਦੇ ਦੁਨੀਆਂ ਤੋਂ ਪ੍ਰਭਾਵਿਤ ਹੋਇਆ ਅਵਤਾਰ ਪਾਸ਼ ਵਰਗਾ ਪਾਵਲੋ ਨਰੂਦਾ ਤੋਂ ਪ੍ਰਭਾਵਿਤ ਹੋਇਆ ਸ਼ਿਵ ਕੁਮਾਰ ਜਿਹੜਾ ਸਾਡਾ ਲੈਜੈਂਡਰੀ ਬੰਦਾ ਉਹ ਜੌਨ ਕਿਡਸ ਤੋਂ ਪ੍ਰਭਾਵਿਤ ਸੀ ਸੋ ਬੰਦੇ ਉੱਥੇ ਛੋਟੇ ਹੋ ਜਾਂਦੇ ਜਦੋਂ ਕਿਸੇ ਦਾ ਪ੍ਰਭਾਵ ਨਹੀਂ ਬਣਦੇ ਅਤੇ ਤੇਰੇ 'ਤੇ ਕਿਹੜੇ ਪਲੇਅਰ ਦਾ ਪ੍ਰਭਾਵ ਪਿਆ ਜਾਫੀ ਦਾ ਜਾਂ ਰੇਡਰ ਦਾ ਕਿਹੜੇ ਦਾ ਜ਼ਿਆਦਾ ਪ੍ਰਭਾਵ ਪਿਆ ਅਤੇ ਉਹਨੂੰ ਛੋਟੇ ਹੁੰਦੇ ਵੇਖਣ ਜਾਂਦੇ ਹੁੰਦੇ ਉਹਦਾ ਮੈਚ ਵੀ ਉਹ ਨਾ ਵੀ ਜਿੱਤਦਾ ਹੁੰਦਾ ਜੀ ਬੈਸਟ ਨਿਕਲਦਾ ਦੇਖੋ ਆਪ ਨੂੰ ਵੀ ਖੁਸ਼ੀ ਹੁੰਦੀ ਜੀ ਹੈ ਨਾ ਵੀ ਜਿਹਨੂੰ ਆਪਾਂ ਹੈ ਨਾ ਪਸੰਦ ਕਰਦੇ ਹਾਂ ਉਹ ਵੀ ਬੈਸਟ ਨਿਕਲਿਆ ਆਪਾਂ ਉਹਨਾਂ ਵਰਗੇ ਬਣਾਂਗੇ
ਤੇ ਉਹਨਾਂ ਨਾਲ ਹੌਲੀ ਹੌਲੀ ਇਹਨਾਂ ਨੂੰ ਵੇਖ ਕੇ ਇਹਨਾਂ ਕਬੱਡੀ ਥੋੜ੍ਹੀ ਹਾਸਲ ਕੀਤਾ ਵਾ ਤੇ ਹੌਲੀ ਹੌਲੀ ਉਹਨਾਂ ਦੇ ਸੰਦੀਪ ਬਾਈ ਵਰਗਿਆਂ ਦੇ ਨਾਲ ਖੇਡਣ ਲੱਗ ਗਏ ਦੋ ਤਿੰਨ ਮੈਚ ਖੇਡੇ ਆ ਬਹੁਤ ਖੁਸ਼ੀ ਹੁੰਦੀ ਸੀ ਚਾਹੇ ਹਾਰ ਜਾਂਦੇ ਜਾਂ ਜਿੱਤ ਜਾਂਦੇ ਸੀ ਬਹੁਤ ਖੁਸ਼ੀ ਹੁੰਦੀ ਸੀ ਉਹਨਾਂ ਨਾਲ ਖੇਡ ਕੇ ਮਤਲਬ ਉਹਦੇ ਦੁਆਵਾਂ ਵੀ ਕੀਤੀਆਂ ਹੋਣੀਆਂ ਮੇਰਾ ਰੋਲ ਮਾਡਲ ਟੌਪ ਤੇ ਰਹੇ ਹਾਂਜੀ ਹਾਂਜੀ ਉਹਨਾਂ ਵਰਗਾ ਮੈਂ ਵੀ ਬਣਾ ਸੀ ਤੇ ਸਭ ਤੋਂ ਵੱਧ ਜਿਹੜਾ ਪਹਿਲਾਂ ਜਿਹੜਾ ਪ੍ਰਾਈਜ਼ ਜਿੱਤਿਆ ਜੇ ਮਤਲਬ ਪ੍ਰਾਈਜ਼ ਤਾਂ ਬੰਦਾ ਬੜੇ ਜਿੱਤਦਾ ਪਰ ਜਿਵੇਂ ਆਪਾਂ ਗੁਰਜੀਤ ਦੀ ਗੱਲ ਕਰਦੇ ਕਹਿੰਦੇ ਟੋਰਾਂਟੋ ਕਬੱਡੀ ਕੱਪ ਮੈਂ ਜਿੱਤਿਆ ਅਤੇ ਮੈਨੂੰ ਮੇਰੀ ਕਬੱਡੀ ਸਫਲ ਹੋ ਗਈ ਅਤੇ ਤੈਨੂੰ ਕਿਸ ਦਿਨ ਲੱਗਿਆ ਕਿ ਮੇਰੀ ਕਬੱਡੀ ਸਫਲ ਹੋ ਗਈ ਹੁਣ ਤੱਕ ਦੀ ਕਬੱਡੀ ਭਾਈ ਛੋਟੇ ਹੁੰਦੇ ਹੀ ਇਹ ਨਾ ਟੀਵੀ ਵੇਖਣ ਜਾਂਦੇ ਸੀਗੇ ਨਾ ਵੀ ਵੰਡੀਆਂ ਦੇ ਘਰੇ ਅਤੇ ਉਹਨਾਂ ਦੇ ਆਪਦੇ ਜਵਾਕ ਉਹਨਾਂ ਦੀ ਵੇਖਣ ਨੂੰ ਨਾ ਘਰ ਵੀ ਵੇਖਣ ਘੱਟ ਦਿੰਦੇ ਸੀ ਭਜਾ ਦਿੰਦੇ ਸੀਗੇ ਸਾਡੇ ਜਵਾਕਾਂ ਨੂੰ ਵੇਖਣ ਪਰ ਹੌਲੀ ਹੌਲੀ ਹੈ ਨਾ ਵੀ ਵਾਹਿਗੁਰੂ ਸੁਣੀ ਵੀ ਜਿੱਤਿਆ ਉਦੋਂ ਬਾਅਦ ਬਹੁਤ ਕੁਛ ਵੀ ਐੱਲ ਈ ਡੀ ਹੈ ਨਾ ਪਹਿਲੀ ਜਿੱਤੀ ਸੀਗੀ ਉਦੋਂ ਬਹੁਤ ਖੁਸ਼ੀ ਹੋਈ ਵੀ ਹੈ ਨਾ ਐੱਲ ਈ ਡੀ ਜਿੱਤ ਗਏ ਜਦੋਂ ਐੱਲ ਡੀ ਆਹ ਲੱਗੀ ਪਈ ਹੈ ਹਾਂਜੀ ਹਾਂਜੀ ਆਹ ਐੱਲ ਡੀ ਜਿੱਤੀ ਹੈ ਫਿਰ ਤੂੰ ਅਤੇ ਹੋਰ ਕੀ ਜਿੱਤਿਆ ਤੂੰ ਇਦੋਂ ਪਹਿਲਾਂ ਇੱਕ ਮੋਟਰਸਾਈਕਲ ਜਿੱਤਿਆ ਜੀ ਅਤੇ ਮੋਟਰਸਾਈਕਲ ਕਿੱਥੇ ਆ ਮੋਟਰਸਾਈਕਲ ਕਬੱਡੀ ਵਾਲੇ ਵੇਚ ਪੁੱਛ ਵੀ ਦਿੰਦੇ ਨਾ ਨਹੀਂ ਵੇਚਦੇ ਪਹਿਲਾਂ ਹੀ ਜਿੱਤਿਆ ਜੀ ਉਹ ਕਹਿੰਦਾ ਵੇਚ ਅੱਛਾ ਹਾਂ ਹਾਂ ਆ ਜਾ ਕਿੱਥੇ ਆ ਉਹ ਖੜਾ ਜੀ ਕੋਲ ਕਿਹੜਾ ਆਹ ਉਰਲਾ ਹਾਂ ਆਹ ਇਹ ਕਿੱਥੇ ਜਿੱਤਿਆ ਸੀ ਇਹ ਪਥਰਾਲੇ ਤੋਂ ਜਿੱਤਿਆ ਜੀ ਬਠਿੰਡੇ ਤੋਂ ਅੱਛਾ ਸੁੱਖਾ ਗਰੁੱਪ ਬੈਸਟ ਰੇਡਰ ਹੈ ਵੱਲੋਂ ਅੱਛਾ ਅੱਛਾ ਯਾਰ ਮੈਂ ਇੱਕ ਤੈਨੂੰ ਗੱਲ ਪੁੱਛਦਾ ਐਜ਼ ਅ ਨੋਰਮਲ ਵੀ ਜੇਕਰ ਤੁਸੀਂ ਮੋਟਰਸਾਈਕਲ ਵੀ ਜਿੱਤੇ ਹੈ ਨਾ ਇਹਦਾ ਮਤਲਬ ਥੋੜ੍ਹੀ ਆਮਦਨ ਵਧੀਆ ਹੋ ਗਈ ਹੈ ਨਾ ਮੋਟਰਸਾਈਕਲ ਅਤੇ ਜਿਹੜੇ ਉਹ ਮਤਲਬ ਜਿਹੜੇ ਪੈਸੇ ਸੀ ਉਹ ਕਿੱਧਰ ਗਏ ਫਿਰ ਮਤਲਬ ਤੁਸੀਂ ਕਬੱਡੀ ਵਾਲੇ ਜੋੜੇ ਨਹੀਂ ਪੈਸੇ ਜੋੜਨ ਦੀ ਹੈ ਘਰੇ ਬਹੁਤ ਹੈ ਨਾ ਪ੍ਰੋਬਲਮ ਹੁੰਦੀ ਸੀ ਹੈ ਨਾ ਘਰੇ ਲੋੜ ਪੈਂਦੀ ਸੀ ਕਦੇ ਸੌਦਾ ਪੱਤਾ ਲਿਆਉਣਾ ਪੈਂਦਾ ਜੀ ਕਦੇ ਹੋਰ ਹੈ ਨਾ ਕਬੀਲਦਾਰੀ ਬਹੁਤ ਹੁੰਦੀ ਘਰ ਦੀ ਉੱਧਰ ਫਿਰ ਉੱਧਰ ਜਿੰਨੇ ਵੀ ਕਮਾਉਂਦਾ ਸੀਗਾ ਉਹਨੇ ਘਰੇ ਲੱਗ ਜਾਂਦੇ ਸੀਗੇ ਅੱਛਾ ਮਤਲਬ ਤੋਰੇ ਫੁਲਕਾ ਚੱਲਦਾ ਸੀ ਤੋਰੀ ਫੁਲਕਾ ਚੱਲਦਾ ਜੀ ਅਤੇ ਮੈਂ ਤੁਹਾਨੂੰ ਇਹੀ ਕਹੂੰਗਾ ਸਾਰੇ ਕਬੱਡੀ ਵਾਲਿਆਂ ਨੂੰ ਵੀ ਤੁਸੀਂ ਇੰਸ਼ੋਰੈਂਸ ਜ਼ਰੂਰ ਕਰਾ ਲਓ ਹੁਣ ਵੀ ਕਰਾ ਲਓ ਕਿਉਂਕਿ ਜਦੋਂ ਫਿਰ ਸੱਟ ਫੇਟ ਵੱਜ ਜਾਂਦੀ ਨਾ ਫਿਰ ਉਦੋਂ ਫਿਰ ਦਿੱਕਤ ਆਉਂਦੀ ਜਿਵੇਂ ਆਪਾਂ ਨੂੰ ਆ ਰਹੀ ਆ ਜਦੋਂ ਇੰਸ਼ੋਰੈਂਸ ਕਰਾਈ ਹੁੰਦੀ ਅਤੇ ਉਦੋਂ ਮੈਨੂੰ ਲੱਗਦਾ ਅੱਜ ਆਪਾਂ ਨੂੰ ਬੈਂਕ ਨੇ ਦੇ ਦੇਣੇ ਸੀ ਉਹਨਾਂ ਕੇ ਪੈਸੇ ਕਿਉਂਕਿ ਕਬੱਡੀ ਦੇ ਵਿੱਚ ਚੱਲਦੇ ਆ 2-4-500 ਰੁਪਈਆ ਮਹੀਨੇ ਦਾ ਕੋਈ ਨਹੀਂ ਹੁੰਦਾ ਮੈਨੂੰ ਲੱਗਦਾ ਹੈ ਨਾ ਅਤੇ ਮੈਂ ਸਾਰੇ ਕਬੱਡੀ ਪਲੇਅਰ ਨੂੰ ਇਹੀ ਕਹੂੰਗਾ ਕਿ ਤੁਸੀਂ ਮਤਲਬ ਇੰਸ਼ੋਰੈਂਸ ਕਰਾਓ ਆਪਦੀ ਵੀਰੇ ਅਤੇ ਬਾਕੀ ਭਾਅ ਜੀ ਦੀ ਆਪਾਂ ਸਾਰੇ ਸਪੋਰਟ ਕਰਾਂਗੇ